ਉਦੋਂ ਗਾਣੇ ਗਾਉਂਦੇ ਹੁੰਦੇ ਯਾਰ ਨੂੰ ਦੱਬਣ ਨੂੰ ਫਿਰਦੇ ਦੱਬਦਾ ਕਿੱਥੇ ਹੈ ਉਹ ਦੱਬ ਗਿਆ ਠੇਕੇਦਾਰਾਂ ਥੱਲੇ ਮਿੱਤਰਾ ਸਾਹ ਨਹੀਂ ਆਉਂਦਾ ਦੱਬ ਗਿਆ ਮੈਂ ਚੁਟਕਲੇ ਨਹੀਂ ਸੁਣਾਉਂਦਾ ਮਿੱਤਰ ਪਿਆਰਿਆ ਮੈਂ ਵਾਰ ਸਿੱਧਾ ਕਰਦਾ ਪਿੱਠ 'ਚ ਨਹੀਂ ਕਰਦਾ ਟਕਾ ਕੇ ਕਰੂੰ ਤੇ ਜੇ ਜਵਾਬ ਦੇਣਾ ਹੋਇਆ ਸਾਰਾ ਪੰਜਾਬ ਸੁਣੇ ਮਿੱਤਰਾ ਬੈਠ ਤੂੰ ਵੀ ਬੈਠ ਤੇ ਮੈਂ ਵੀ ਬੈਠਾ ਸਾਰੇ ਦੇ ਸਾਰੇ ਬੰਦੇ ਜਿਹੜੇ ਬਾਹਰ ਗਏ ਆ ਸਾਰੇ ਦੇ ਸਾਰੇ ਬੱਚੇ ਜਿਹੜੇ ਬਾਹਰ ਗਏ ਆ ਉਹ ਵਾਪਸ ਬੁਲਾ ਲਾਂਗੇ ਚੀਫ ਮਿਨਿਸਟਰ ਸਾਹਿਬ ਕਹਿੰਦੇ ਗੋਰੇ ਵਾਪਸ ਆ ਜਾਣਗੇ ਉਹ ਚੀਫ ਮਿਨਿਸਟਰ ਸਾਹਿਬ ਪਹਿਲਾਂ ਆਪਣੇ ਬੇਟਾ ਬੇਟੀ ਨੂੰ ਤਾਂ ਬੁਲਾ ਲਓ ਗੋਰੇ ਤਾਂ ਫਿਰ ਦੇਖਾਂਗੇ ਡੇਢ ਸਾਲ ਬਾਅਦ ਰਿਪੋਰਟਾਂ ਖੋਲੀਆਂ ਤੇ ਪਹਿਲਾਂ ਨਸ਼ੇ ਦਾ ਦਰਿਆ ਹੁੰਦਾ ਸੀ ਹੁਣ ਸਮੁੰਦਰ ਹੈ ਸਮੁੰਦਰ 1299 ਨੇ ਤੇਰੇ ਕੋਲ ਤੇ ਜਦੋਂ ਤੁਸੀਂ ਤੇ ਕੇਜਰੀਵਾਲ ਸਾਹਿਬ ਆਉਂਦੇ ਸੀ ਨਾ ਤੇ ਗੱਡੀ ਦੀ ਕੂੰ ਕੂੰ ਨਹੀਂ ਸੁਣਦੀ ਤੁਹਾਡੇ ਹੂਟਰ ਸੁਣਦੇ ਆ ਕਿਹੜੇ VIP ਕਲਚਰ ਦੀ ਗੱਲ ਕਰਦੇ ਹੋ ਕਿਹਦਾ ਬੇਵਕੂਫ ਬਣਾਉਂਦੇ ਹੋ ਇਹ ਤਾਂ ਕਹਿੰਦੇ ਸੀ ਕਾਂਗਰਸੀ ਚੋਰ ਨੇ ਕਾਂਗਰਸੀਆਂ ਨੂੰ ਹੱਥ ਹੀ ਨਹੀਂ ਲਾਣਾ ਤੇ ਹੁਣ ਤੇ ਠੂਠਾ ਲੈ ਕੇ ਕੈਂਡੀਡੇਟ ਮੰਗਦੇ ਫਿਰਦੇ ਆ ਤੂੰ ਆ ਜਾ ਤੇਰੇ KP ਭਾਈ ਦੇ ਗੋਡੇ ਤੈਨੂੰ ਆ ਤੈਨੂੰ ਉਹ ਤੈਨੂੰ ਫਲਾਨਾ ਤੈਨੂੰ ਟੁੰਕਾਨਾ ਕਿਉਂ ਬਈ ਹੁਣ ਤੁਹਾਡੇ ਐਥਿਕਸ ਕਿੱਥੇ ਗਏ ਉਦੋਂ ਗਾਣੇ ਗਾਉਂਦੇ ਹੁੰਦੇ ਯਾਰ ਨੂੰ ਦੱਬਣ ਨੂੰ ਫਿਰਦੇ ਦੱਬਦਾ ਕਿੱਥੇ ਹੈ ਉਹ ਦੱਬ ਗਿਆ ਠੇਕੇਦਾਰਾਂ ਥੱਲੇ ਮਿੱਤਰਾ ਸਾਹ ਨਹੀਂ ਆਉਂਦਾ ਦੱਬ ਗਿਆ ਨਿਕਲ ਬਾਹਰ ਦੇ ਜਵਾਬ ਦੱਬਦਾ ਕਿੱਥੇ ਹੈ ਦੇਖੋ ਦੱਬਦਾ ਆ ਵੇਖੋ ਝੂਠ ਵੇਚਦੇ ਹੋ ਝੂਠ ਕਿਉਂਕਿ ਮੈਂ ਸਾਲ ਪਹਿਲਾਂ ਨੀਵਾਂ ਹੋ ਕੇ ਇਹਦੇ ਕੋਲ ਸਾਰਾ ਲਿਖਤ ਦੇ ਕੇ ਆਇਆ ਸਾਰੇ ਪੰਜਾਬ ਦੇ ਸਾਹਮਣੇ ਦੇ ਕੇ ਆਇਆ ਔਰ ਬਾਹਰ ਆ ਕੇ ਕਿਹਾ ਆਹ ਚੀਜ਼ਾਂ ਚਾਹੀਦੀਆਂ ਨੇ ਪੰਜਾਬ ਨੂੰ ਜੇ ਕਿਸੇ ਕੋਲ ਹੋਰ ਰੋਡ ਮੈਪ ਹੋਵੇ ਇਹ ਕਹਿੰਦੇ ਕੇਜਰੀਵਾਲ ਫਿਰਦੇ ਆ ਨਕਲੀ ਮੈਂ ਕਹਿੰਦਾ ਛੋਟੇ ਛੋਟੇ ਸਿੱਧੂ ਫਿਰਦੇ ਆ ਨਕਲੀ ਉੱਥੋਂ ਫੋਟੋ ਸਟੈਟ ਕਰਾ ਕੇ ਛਾਪੀਆਂ ਨਕਲ ਚਾਕਲ ਚਾਹੀਦੀ ਹੈ ਅਕਲ ਤਾਂ ਦੱਸੋ ਤੁਹਾਨੂੰ ਪਤਾ ਨਾ ਸਾਰਾ ਕੁਝ ਪਹਿਲੀ ਕੈਬਨਿਟ ਤੋਂ ਸੱਤਾ ਛੱਡੀ ਕੋਈ ਇਹ ਵੀ ਨਹੀਂ ਕਹਿਦਾ ਵੀ ਮੈਂ ਸੱਤਾ ਦਾ ਲੋਭੀ ਸੀ ਭਗਾ ਕੇ ਮਾਰੀ ਸੀ ਉਹਦੇ ਮੂਹਰੇ ਆ ਚੱਕ ਮਨਿਸਟਰੀ ਮਿੱਤਰ ਪਿਆਰੇ ਫਿਰ ਕਹਿੰਦਾ ਤੂੰ ਡਿਪਟੀ ਬਣ ਜਾ ਮੈਂ ਹੁਣ ਮੇਰੇ ਸੁਰਖਾਵ ਦੇ ਪਰ ਲੱਗ ਗਏ ਸਵਾਲ ਇੰਨਾ ਹੈ ਕਿ ਭਾਈ ਵੀ ਆਰ ਫਾਈਟਿੰਗ ਫੋਰ ਦੀ ਨੈਕਸਟ ਜਨਰੇਸ਼ਨ ਦਿਸ ਸਟੇਟ ਵਿਲ ਨਾਟ ਬੀ ਲਿਵੇਬਲ ਇਹ ਬਾਂਸ ਵਰਗੇ ਲੰਬੇ ਲੰਬੇ ਗਰੰਟੀਆਂ ਦੇ ਕੇ ਬਜਟਰੀ ਐਲੋਕੇਸ਼ਨ ਦੱਸੋ ਕਿੱਥੇ ਹੈ ਪੈਸੇ ਕਿੱਥੋਂ ਆਉਣੇ ਹੈ ਹਾਂਜੀ ਪੱਲੇ ਨਾਲ ਤੇਲ ਨਾ ਕੜਾਈ ਬਣਾਉਣ ਚੱਲੇ ਮਿਠਾਈ ਕੋਈ ਆਪਦਾ MLA ਵਹੀਕਲ ਨਹੀਂ ਰੱਖੇਗਾ ਹੂਟਰ ਨਹੀਂ ਚਲਾਏਗਾ ਹੂਟਰ ਮੈਂ ਨਾ MLA ਦੋ ਅੱਗੇ ਹੁੰਦੀਆਂ ਦੋ ਪਿੱਛੇ ਹੁੰਦੀਆਂ 1200 ਬੰਦੇ ਕਿੱਧਰ ਨੂੰ ਲੇਕਰ ਮਾਫੀਆ ਜਸਟਿਸ ਕੁਲਦੀਪ ਸਿੰਘ ਇੰਡਸਟਰੀ ਇੰਨੀ ਉਹ ਆ ਗਈ ਇਹ ਹੀ ਨਹੀਂ ਪਤਾ ਵੀ BMW ਦੀ ਫੈਕਟਰੀ ਨਹੀਂ ਆਉਂਦੀ ਫੜਿਆ ਕਿਹਨੂੰ ਆ ਉਹ ਨਹੀਂ ਪਤਾ ਚਲੋ ਜੋ ਇਹ ਮੈਨੂੰ ਮਾਫ ਕਰੋ ਹਾਂਜੀ ਚਲੋ ਵਾਧੇ ਘੱਟ ਦੀ ਗੱਲ ਤਾਂ ਮੈਂ ਕਰ ਦਿੰਦਾ ਦੂਜੀ ਹਾਂਜੀ 20 ਕਰੋੜ ਦੀ ਪੋਲਿਸੀ ਤੇ 30 ਕਰੋੜ ਦੀ ਐਡਵਰਟਾਈਜ਼ਮੈਂਟ ਆ ਖੜਜੂ ਐ ਜੋੜ ਕੇ ਜਿਵੇਂ ਪਤਾ ਨਹੀਂ ਸੰਤ ਸੂਫੀ ਆ ਗਿਆ ਕੋਈ ਗੁੱਚੀ ਦੇ ਬੂਟ ਥੱਲੋਂ ਨਿਕਲਦੇ ਹੁੰਦੇ ਐ ਕਰਕੇ ਮਿੱਤਰ ਪਿਆਰੇ ਜੇ ਤਾਂ ਲੋਕਾਂ ਲਈ ਕੁਛ ਕੀਤਾ ਇਹਦੀ ਲੋੜ ਕੀ ਹੈ ਜੋ ਤੁਹਾਨੂੰ 93 ਚ ਟਾਈਆਂ ਸੀ ਤੁਸੀਂ ਐਡਵਰਟਾਈਜ਼ਮੈਂਟ ਦਿੰਦੇ ਸੀ ਉਦੋਂ ਦੱਸੋ ਤੁਸੀਂ ਐਡਵਰਟਾਈਜ਼ਮੈਂਟ ਦਿੰਦੇ ਸੀ ਜਦੋਂ ਕੋਈ ਚੰਗਾ ਕੰਮ ਕਰਦਾ ਉਹਨੂੰ ਦੱਸਣ ਦੀ ਲੋੜ ਨਹੀਂ ਹੈ ਲੋਕ ਦੱਸਦੇ ਆ ਜਾ ਕੇ ਹੁਣ ਡਲੇ ਮਾਰਦੇ ਆ ਆ ਫਾਜ਼ਿਲਕਾ ਵੱਜੇ ਕਿ ਨਹੀਂ ਵੱਜੇ ਹਰ ਪਾਸੇ ਵੱਜਣਗੇ ਕਿਉਂਕਿ ਆਸਥਾ ਇੰਨੀ ਸੀ ਉਮੀਦਾਂ ਇੰਨੀਆਂ ਸੀ ਵੀ ਤੁਸੀਂ ਖਰੇ ਨਿਕਲੋਗੇ ਖੋਟੇ ਨਿਕਲੇ ਤੁਸੀਂ ਅਖਬਾਰੀ ਮੁੱਖ ਮੰਤਰੀ ਬਣ ਗਏ ਤੁਸੀਂ ਰੇਸ ਜਿਤਾਉਣ ਲਈ ਘੋੜੇ ਸੀਗੇ ਤੁਸੀਂ ਦਰਸ਼ਨੀ ਘੋੜੇ ਬਣ ਗਏ ਰੋਜ਼ ਦਰਸ਼ਨ ਦਿੰਦੇ ਹੋ ਮਨ ਕੀ ਬਾਤ ਵੀ ਰਹਿ ਗਈ ਤੁਹਾਡੀ ਫਿਰ ਉਹ ਜਨਤਾ ਦਰਬਾਰ ਲਾਈ ਦੂਏ ਦਿਨੀ ਠੱਕ ਬੰਦ ਹੁਣ ਤੇ ਬਸ ਕਾਫਲਾ ਚੱਲਦਾ ਕੀ ਲੰਘੇ ਜੀ ਆ ਗਏ ਜੀ ਆ ਗਏ ਕਿਉਂ ਸਵਾਲ ਕਰੂੰ ਦੁਨੀਆਂ 'ਚ ਕੋਈ ਰੋਕ ਨਹੀਂ ਸਕਦਾ ਜਦ ਤੱਕ ਸਵਾਸ ਚੱਲਦੇ ਆ ਤਦ ਤੱਕ ਆਸ ਨਹੀਂ ਟੁੱਟਣ ਦਊ ਪੰਜਾਬ ਦੀ ਸਾਰੇ ਦੇ ਸਾਰੇ ਬੰਦੇ ਜਿਹੜੇ ਬਾਹਰ ਗਏ ਆ ਸਾਰੇ ਦੇ ਸਾਰੇ ਬੱਚੇ ਜਿਹੜੇ ਬਾਹਰ ਗਏ ਆ ਉਹ ਵਾਪਸ ਬੁਲਾ ਲਾਂਗੇ ਚੀਫ ਮਿਨਿਸਟਰ ਸਾਹਿਬ ਕਹਿੰਦੇ ਗੋਰੇ ਵਾਪਸ ਆ ਜਾਣਗੇ ਉਹ ਚੀਫ ਮਿਨਿਸਟਰ ਸਾਹਿਬ ਪਹਿਲਾਂ ਆਪਣੇ ਬੇਟਾ ਬੇਟੀ ਨੂੰ ਤਾਂ ਬੁਲਾ ਲਓ ਗੋਰੇ ਤਾਂ ਫਿਰ ਦੇਖਾਂਗੇ
ਇਹ ਕਿੱਡਾ ਵੱਡਾ ਮਜ਼ਾਕ ਹੈ। 1,00,000 ਕਰੋੜ ਤੋਂ ਉੱਤੇ ਦੇ ਐਸੈਟ ਵਿਕੇ। ਹੁਣ ਇਹ ਨਹੀਂ ਹੈ ਕਿ ਬੱਚੇ ਬਾਹਰ ਜਾ ਰਹੇ ਆ, ਜਿਹੜੇ ਬੱਚੇ ਬਾਹਰ ਜਾ ਰਹੇ ਆ ਉਹ ਸੈਟਲ ਹੋ ਕੇ ਕਹਿੰਦੇ ਆ ਬਾਪੂ ਆ ਜਾ, ਕਿੱਲਾ ਵੇਚ, 1.5 ਕਿੱਲਾ ਰਹਿ ਗਿਆ ਵੇਚ, ਕਿਆ ਇੱਥੇ ਸੈਟਲ ਹੋਵਾਂਗੇ। ਹੁਣ ਇਹ ਇਹ ਪ੍ਰੋਬਲਮ ਹੈ। ਨਸ਼ਾ ਮਹੀਨੇ 'ਚ ਮੁਕਾ ਦਿਆਂਗੇ, ਇਹ 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 ਘੱਟ ਨਹੀਂ ਗੇ, ਝੂਠ ਵੇਚਣ 'ਚ ਘੱਟ ਨਹੀਂ ਗੇ, 1 ਮਹੀਨੇ 'ਚ ਸਿੰਡੀਕੇਟ ਖਤਮ ਕਰ ਦਿਆਂਗੇ। 1.5 ਸਾਲ ਬਾਅਦ ਰਿਪੋਰਟਾਂ ਖੋਲੀਆਂ ਤੇ ਪਹਿਲਾਂ ਨਸ਼ੇ ਦਾ ਦਰਿਆ ਹੁੰਦਾ ਸੀ, ਹੁਣ ਸਮੁੰਦਰ ਹੈ। ਸਮੁੰਦਰ, ਤੁਸੀਂ ਮੁਕਤਸਰ ਜਾਓ, ਬਠਿੰਡੇ ਜਾਓ, ਵੇਖੋ ਕਿੰਨੇ ਲੋਕ ਸਰਿੰਜਾਂ ਲਾ ਲਾ ਮਰੇ, ਕਿੰਨਾ ਬੁਰਾ ਹਾਲ ਹੈ, ਕੋਈ ਪੁੱਛਦਾ ਹੈ? ਇਹ ਮੈਂ ਤੁਹਾਨੂੰ ਕਹਿ ਰਿਹਾ ਕਿ ਇਹ ਗੱਲਾਂ ਜਿਹੜੀਆਂ ਨੇ ਨਾ, 24 ਘੰਟੇ ਮੈਂ ਬਰਗਾੜੀ ਕਾ ਮਸਲਾ ਹੱਲ ਕਰ ਦੇਂਗੇ, 24 ਘੰਟੇ, ਨਾ ਕਿਹਾ ਹੋਵੇ ਜੁੰਮਾ ਦਈਓ। ਸਾਲ ਹੋ ਗਿਆ, ਹਰ ਰੋਜ਼ ਡਿਫੈਂਸ ਵੀਕ ਹੁੰਦੀ ਹੈ, ਹਰ ਰੋਜ਼ ਡਿਫੈਂਸ ਵੀਕ ਹੁੰਦੀ ਹੈ। 54,000 ਕਰੋੜ ਇਹਨੇ ਜੇਬ 'ਚ ਪਿਆ ਸੀ, 20,000 ਕਰੋੜ ਰੇਤੇ 'ਚੋਂ ਤੇ 34,000 ਕਰੋੜ ਬਜਟ 'ਚੋਂ। ਮੈਨੂੰ ਦੱਸ ਦੇਣ, 20,000 ਦੀਆਂ 3 ਜ਼ੀਰੋਆਂ ਕੱਟੋ, 2 ਤੇ ਕੱਟ ਹੀ ਦਿਓ ਨਾ, 200 ਕਰੋੜ ਵੀ ਰੱਖਿਆ ਤੇ ਉਹ 34,000 ਕਰੋੜ ਕਿੱਥੇ ਹੈ? ਤੁਸੀਂ ਤਾਂ ਵਾਪਸ ਹੀ ਨਹੀਂ ਮੁੜੇ। ਤੁਸੀਂ ਬਿਜਲੀ ਦੀ ਗੱਲ ਕਰਦੇ ਹੋ, ਲੈ ਮੈਂ ਬਿਜਲੀ ਤੇ ਆਉਣਾ। ਇਹ ਮਿੱਤਰ ਪਿਆਲੇ ਆ ਬਹਿਸ ਬਿਜਲੀ ਦੇ ਉੱਤੇ ਆ। ਕੌਣ ਕਹਿੰਦਾ ਸੀ ਵੀ ਸਮਝੌਤੇ ਰੱਦ ਕਰਾਂਗੇ? ਕੌਣ ਕਹਿੰਦਾ ਸੀ? ਸਭ ਤੋਂ ਪਹਿਲਾਂ ਕੌਣ ਕਹਿੰਦਾ ਸੀ? ਫਿਰ ਕੌਣ ਕਹਿੰਦਾ ਸੀ ਰਿਵਿਊ ਕਰਾਂਗੇ, ਰਿਵਿਊ ਕਰਕੇ ਕੰਪਨੀਆਂ ਦੇ ਮੂੰਹ ਚੋਂ ਪੈਸੇ ਕੱਢਾਂਗੇ, ਕਿਉਂ ਢਿੱਡ ਪਾੜ ਕੇ ਪੈਸੇ ਕੱਢਾਂਗੇ? ਕਹਿੰਦੇ ਸੀ, ਨਹੀਂ ਕਹਿੰਦੇ ਸੀ, ਦਿਖਾਊ ਨਹੀਂ ਤਾਂ ਵੀਡੀਓ ਚਲਾਊ, ਜੇ ਮੁਕਰੂ ਵੀਡੀਓ ਠਾ, ਮੁੱਕਰ ਨਹੀਂ ਦਿੰਦਾ ਮੈਂ, ਭੱਜਣ ਨਹੀਂ ਦਿੰਦਾ ਮੈਂ, ਰਿਵਿਊ ਕਰਾਂਗੇ। ਰਿਵਿਊ ਕਰਕੇ ਸਸਤੀ ਬਿਜਲੀ 24 ਘੰਟੇ, ਕਿੰਨੀ ਸਸਤੀ ਬਿਜਲੀ 24 ਘੰਟੇ। ਤੇ ਮਿੱਤਰ ਪਿਆਰੇ, ਜਦੋਂ ਤੁਸੀਂ ਇਹ ਬਿਜਲੀ ਫਰੀ ਕੀਤੀ, ਤੁਸੀਂ ਪੰਜਾਬ ਨੂੰ ਦੱਸਿਆ ਸੀ ਕਿ PSPCL ਨੂੰ ਗਿਰਵੀ ਰੱਖ ਕੇ ਦਿਓਗੇ, 20,000 ਕਰੋੜ ਰੁਪਇਆ ਕਰਜ਼ਾ ਬੈਂਕਾਂ ਦਾ PSPCL ਤੇ। ਤੇ ਕੇਜਰੀਵਾਲ ਸਾਹਿਬ ਨੇ ਇਸ ਵੀਡੀਓ 'ਚ ਕਿਹਾ ਕਿ 10,000 ਕਰੋੜ ਰੁਪਇਆ ਲੱਗੇਗਾ, ਮਹਿਲਾਓਂ ਕੋ 1,000 ਰੁਪਇਆ ਦੇਣੇ ਮੈਂ, ਔਰ 2,500 ਕਰੋੜ ਰੁਪਇਆ ਲੱਗੇਗਾ ਬਿਜਲੀ ਫਰੀ ਦੇਣੇ ਮੈਂ, ਤੇ 2,300 ਕਰੋੜ ਰੁਪਇਆ PSPCL ਨੇ ਕਰਜ਼ਾ ਚੁੱਕਿਆ ਕਿ ਨਹੀਂ ਚੁੱਕਿਆ, ਚੁੱਕਿਆ ਕਿ ਨਹੀਂ ਚੁੱਕਿਆ? ਦਿਓ ਜਵਾਬ ਮਿੱਤਰ ਪਿਆਰਿਓ। ਮੇਰੇ ਛੋਟੇ ਭਾਅ ਜੀ, ਨਿਕਲੋ ਬਾਹਰ। ਉਹ ਤੁਸੀਂ ਤਾਂ ਕਹਿੰਦੇ ਸੀ ਮਹਾਰਾਜ ਵੀ ਅਸੀਂ ਤਾਂ 4 ਬੰਦੇ ਆ ਸਿਕਿਉਰਿਟੀ ਵਾਲੇ, ਉਹਦੇ ਵੀ 1 ਤਾਂ ਰਹਿ ਜਾਣਾ। ਦੇਖੋ ਵਿਜ਼ਨ 'ਚ VIP ਕਲਚਰ ਟੂ ਬੀ ਅਬੋਲਿਸ਼, 95% ਆਫ ਪਰਸਨਲ ਸਿਕਿਉਰਿਟੀ ਟੂ ਬੀ ਵਿਡਰੋਨ। ਜੇ ਕੋ 4 ਗਨਮੈਨ ਨੇ 95% ਕਿੰਨੇ ਬਣਿਆ ਜੀ? ਅੱਧਾ ਗਨਮੈਨ ਤੇ ਹੋ ਨਹੀਂ ਸਕਦਾ, ਚਲੋ 1 ਲਾ ਲਓ। 1 ਹੂਟਰ ਬੰਦ ਮਿੱਤਰ ਪਿਆਰਿਆ, 1,200 ਗਨਮੈਨ ਨੇ। ਪਰਿਵਾਰ ਦੀ ਗੱਲ ਮੈਂ ਕਰਦਾ ਨਹੀਂ, ਨਿੱਜੀ ਗੱਲਾਂ ਮੈਂ ਕਰਨੀਆਂ ਨਹੀਂ। 1,200 ਗਨਮੈਨ ਨੇ ਤੇਰੇ ਕੋਲ, ਤੇ ਜਦੋਂ ਤੁਸੀਂ ਤੇ ਕੇਜਰੀਵਾਲ ਸਾਹਿਬ ਆਉਂਦੇ ਸੀ ਨਾ, ਤੇ ਗੱਡੀ ਦੀ ਕੂੰ ਕੂੰ ਨਹੀਂ ਸੁਣਦੀ, ਤੁਹਾਡੇ ਹੂਟਰ ਸੁਣਦੇ ਆ। ਕਿਹੜੇ VIP ਕਲਚਰ ਦੀ ਗੱਲ ਕਰਦੇ ਹੋ? ਕਿਹਦਾ ਬੇਵਕੂਫ ਬਣਾਉਂਦੇ ਹੋ? ਕੋਈ ਬੇਵਕੂਫ ਬਣਨ ਵਾਲਾ ਨਹੀਂ, ਗੱਲ ਤੱਥਾਂ ਤੇ ਕਰੂੰ, ਟਕਾ ਕੇ ਕਰੂੰ, ਤੇ ਜੇ ਜਵਾਬ ਦੇਣਾ ਹੋਵੇ ਆ, ਸਾਰਾ ਪੰਜਾਬ ਸੁਣੇ, ਮਿੱਤਰਾ ਬੈਠ, ਤੂੰ ਵੀ ਬੈਠ ਤੇ ਮੈਂ ਵੀ ਬੈਠਾ। ਮੈਂ ਚੁਟਕਲੇ ਨਹੀਂ ਸੁਣਾਉਂਦਾ ਮਿੱਤਰ ਪਿਆਰਿਆ, ਮੈਂ ਵਾਰ ਸਿੱਧਾ ਕਰਦਾ, ਪਿੱਠ 'ਚ ਨਹੀਂ ਕਰਦਾ, ਬਿਲਕੁਲ ਨਹੀਂ ਕਰਦਾ। ਤੁਸੀਂ ਪਰਸਨਲ ਲੜਾਈ ਨਹੀਂ ਹੈ, ਤੁਸੀਂ ਦਿਓ 323 'ਚ ਅੰਦਰ, 323 ਦੇ ਵਿੱਚ ਅੱਜ ਤੱਕ ਕਹਿੰਦੇ 10 ਦਿਨ ਕੈਦ ਨਹੀਂ ਕੱਟੀ। ਮਿੱਤਰ ਪਿਆਰਿਆ, ਜਾਓ 72 ਸਾਲ ਦਾ ਇਤਿਹਾਸ ਚੁੱਕੋ, ਹਾਜ਼ਰ ਜ਼ਮਾਨਤ ਹੌਲਦਾਰ ਦਿੰਦਾ, ਕੋਈ ਗਿਲਾ ਨਹੀਂ। ਘਰ ਵਾਲੀ ਨੂੰ ਕੈਂਸਰ, ਛੁੱਟੀ ਨਹੀਂ ਲਿੱਤੀ, ਪਰਿਵਾਰ ਲਈ ਨਹੀਂ ਪੰਜਾਬ ਲਈ ਲੜ ਰਹੇ ਹਾਂ, ਕੋਈ ਗਿਲਾ ਨਹੀਂ। ਪਰ ਤੁਸੀਂ ਪੰਜਾਬ ਵੇਚੋਗੇ, ਗਿਲਾ ਹੈ, ਪਰ ਸ਼ਿਕਾਇਤ ਨਹੀਂ ਕਰੂੰ ਸ਼ਿਕਸਤ ਤੋਂ, ਅੰਕੜਿਆਂ ਦੇ ਉੱਤੇ ਸ਼ਿਕਸਤ ਤੋਂ, ਕਿਉਂਕਿ ਇਹ ਪਹਿਰੇਦਾਰੀ ਕਰਨੀ ਹੈ, ਬਿਨਾਂ ਉਹਦੇ ਤੇ ਕਰਨੀ ਹੈ, ਵਰਕਰ ਬਣ ਕੇ ਕਰਨੀ, ਚਾਹੀਦਾ ਹੀ ਕੁਛ ਨਹੀਂ ਹੈ।
आप दे विच मेरे मेरे छोटे भाई मेरे फलाने भाई ते अंदरों टींटी टींटी चलती है हैं। ओ मित्र प्यारे पंजाब सियाना है सब समझदा है कि अज इलेक्शन हो जाए ना 92 तो 9 काट दियो 9 रह जाओगे। हम अहंकार ना कर छोटे वीर हम अहंकार ना कर राजनीति अहंकार नहीं सेंदी। मित्र प्यारे पुछ भी करजा क्यों चुकया फिर 2,300 करोड़ रुपये जे तुसी मोड़ ही सकते सी फिर 25,000 करोड़ रुपए का फिस्कल डेफिसिट क्यों है ये बेवकू के होर दा बनाण 25,000 करोड़ रुपया इस साल कर्जा चढ़िया पंजाब दे सिर दे उत्ते क्यों चढ़िया जे तुसी मोड़ ही सकते सी दिखा इनकम कित्थों है वो 54,000 करोड़ रुपए कित्थे ने उच तो 200 नहीं आया तो होर कित्थों आई इनकम दस जड़ी स्टेट की इनकम है स्टेट के रिसोर्स की इनकम है थोड़ी जेब च पाने जदों 25,000 की ट्राली विकती है जदों बोतलों की समगलिंग होंदी है जदों सरचार्ज वधाउने हो ये सिंडीकेट को ही जा रहा है। हुण मैं तां ट्रिब्यून तो उत्ते तो नहीं हाँ आ देख लै 25% सिंडीकेट ने 300-400 बोतल वधाती तुसीं रोको हैदम ठेके ठेकेदारी सिस्टम जब तक जाता नहीं और स्टेट ओन्ड कारपोरेशन जब तक बनदियां नहीं आई रीट्रेट व्हाट आई हैव बीन सेइंग फॉर द लास्ट 15 ईयर्स ये माफिया टुटता नहीं ये कार्टल टुटते नहीं। तेलंगाना और मैं अपने छोटे भाई नूं ये सुनता हुंदा सी ओ मेरे नाल लैके ना देखो जी वो तो एक हफ्ते के 57 करोड़ कमाते हैं 300 किलोमीटर दरिया चो साढ़े को 1,300 है तो असी 40 हूँ किन्ने कमाया दस हूँ साल सुता ही नहीं उठे केड़ी पॉलिसी है दसो व्हाट आई एम सेइंग इज ट्रुथ एंड नथिंग एल्स बट द ट्रुथ आई गॉट नो एक्स टू ग्राइंड विद एनीवन मेरी किसी ना कोई एनिमिटी नहीं कोई एनिमोसिटी नहीं जिहड़ा पंजाब नाल खड़ा मैं उन्हूं पार्टियां तो उत्ते उठ के इन्हूं कहा सी मैं जय जय कार करूं छोटे वीर देखो मेरी एक गल नूं सुनो कांग्रेस लाती होर की सजा देंगे मेरी एक गल नूं समझो मैं कहना जड़ी सरकार लोगों को पॉलिसियां लैके जाएगी बजटरी एलोकेशन लैके जाएगी और दसेगी कि भाई आ माफिया इदा मारांगे आ 25 तो यही कहते ना 30,000 करोड़ जमा करावांगे और मैं वो फॉर्मूला फिर कह रहा कि 30 to 40,000 करोड़ से तमिलनाडु अपने तो वध कल्ला लिकर चो ते खपत साड़ी डबल है 37,000 करोड़ इज द रेवन्यू जिहड़े बंदे 2,200 कमाते सीगे 2012 च मैं कहना देखो मेरी गल सुनो एक मिनट देखो थोड़ा काला ना हो मैं ज्यादा नाले तू यार तगड़ा भी बड़ा सॉरी महाराज पहली कैबिनेट तो लड़िया इन्हां गल्लां दी इस्तीफा दिता हुण दसो होर बांस ते चढ़ा तुसीं दस्सो भाजी पहले दिन तो हर तरह का नशा बंद नशा छुड़ाने च माहिर डॉक्टर गुप्ता 5,966,77,000 बिना तोड़ तकलीफ तो बिना दाखिल होए बिना काम छड़े हर तरह का नशा छड़ो शराब हैरोइन स्मैक अफीम गांजा चिट्टा पुक्की टीके गोलियां जीभ थले रखने वाली गोली तो छुटकारा पाओ साड़ी दवाई 100% आयुर्वैदिक है इसका कोई साइड इफेक्ट नहीं देश विदेश च दवाई भेजण दा खास प्रबंध है पता आनंद दवाखाना सामने बस स्टैंड पटियाला डॉक्टर गुप्ता 5,966,77,000